ਕੋਲੇ ਖੁੱਲਣ ਵੀ ਵਾਲਾ ਤੇ ਕੀ ਹੁਣ ਸੱਦਾ ਦਿੱਤਾ ਗਿਆ ਤੁਹਾਨੂੰ ਸਿੱਧੂ ਸਾਹਿਬ ਨੂੰ ਕਿ ਜਾਣ ਕੇ ਸਿੱਧੂ ਸਾਹਿਬ ਪਾਕਿਸਤਾਨ ਹੁਣ ਇਮਰਾਨ ਖਾਨ ਨੂੰ ਦੇਖੋ ਪਹਿਲਾਂ ਵੀ ਦੋਸਤ ਨੇ ਬੁਲਾਏ ਸੀ ਗਏ ਸੀਗੇ ਹੁਣ ਵੀ ਦੋਸਤ ਨੇ ਬੁਲਾਇਆ ਜੇ ਉੱਥੋਂ ਵਿਹਲੇ ਹੋ ਗਏ ਕਿਉਂਕਿ ਛੱਤੀਸਗੜ੍ਹ ਰਾਜਸਥਾਨ ਮੱਧ ਪ੍ਰਦੇਸ਼ ਦੀ ਇਲੈਕਸ਼ਨਸ ਮੇਰੀ ਵੀ ਉਹਨਾਂ ਨਾਲ ਘੱਟ ਹੀ ਗੱਲ ਹੋ ਰਹੀ ਹੈ ਸਾਰਾ 10-10 ਰੈਲੀਆਂ ਦਿੰਦੀਆਂ ਕਰ ਰਹੇ ਨੇ ਸੋ ਮੇਰੇ ਹਿਸਾਬ ਨਾਲ ਤਾਂ ਜ਼ਰੂਰ ਜਾਣਗੇ ਅਤੇ ਜਾਣਾ ਚਾਹੀਦਾ ਕਿਉਂਕਿ ਬਾਬੇ ਨਾਨਕ ਦੀ ਮਿਹਰ ਹੈ ਮੈਨੂੰ ਇਹ ਲੱਗਦਾ ਕਿ ਨੀਂਹ ਪੱਥਰ ਤਾਂ ਕਿ ਬੰਦੇ ਨੂੰ ਮੌਕਾ ਮਿਲੇ ਕਿ ਉਹ ਧਰਤੀ ਨੂੰ ਹੱਥ ਲਗਾਉਣ ਦਾ ਤਾਂ ਉਹ ਵੀ ਇੱਕ ਬਹੁਤ ਵਡਭਾਗੀ ਚੀਜ਼ ਹੈ ਵੀ ਤੁਹਾਨੂੰ ਪਰਮਾਤਮਾ ਨੇ ਬਖਸ਼ਿਸ਼ ਦਿੱਤੀ ਹੈ ਵੀ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਕੋਰੀਡੋਰ ਗੁਰਦੁਆਰੇ ਲਈ ਕੋਰੀਡੋਰ ਖੁੱਲ੍ਹਣ 'ਚ ਬੰਦਾ ਕਹਿੰਦਾ ਇੱਟ ਵੀ ਰੱਖ ਸਕਾਂ ਮੈਂ ਧਰਤੀ ਦੀ ਉਸ ਧਰਤੀ ਨੂੰ ਛੂਹ ਵੀ ਸਕਾਂ ਉਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਛੇ ਆਤੰਕੀ ਜਿਹੜੇ ਹੁਣ ਪੰਜਾਬ 'ਚ ਫੜੇ ਗਏ ਸੀਗੇ ਜੇ ਅੰਮ੍ਰਿਤਸਰ ਹਾਦਸੇ ਦੇ ਵਿੱਚ ਵੀ ਫੜੇ ਗਏ ਅਤੇ ਲੋਕਾਂ ਦਾ ਕਹਿਣਾ ਹੈ ਕਿ ਉਹ ਆਤੰਕੀ ਜਿਹੜੇ ਹੈਗੇ ਜੇ ਉਹ ਹੈ ਨਹੀਂ ਗਏ ਉਹਨਾਂ ਦਾ ਬੱਚਾ ਘਰ ਸੀਗਾ ਪਰ ਹੁਣ ਪੰਜਾਬ ਸਰਕਾਰ ਆਪਣੀ ਇੱਕ ਵੱਡੀ ਜਿੱਤ ਮੁੱਕ ਗਈ ਪਰ ਜਿਹੜੇ ਲੋਕ ਆ ਉੱਥੋਂ ਦੇ ਪਿੰਡ ਵਾਲੇ ਉਹਦੀ ਗਵਾਹੀ ਭਰ ਰਹੇ ਨੇ ਉਹਦੇ ਬਾਰੇ ਦੇਖੋ ਹਰ ਬੰਦਾ ਕਦੇ ਵੀ ਕੋਈ ਇਹੋ ਜਿਹਾ ਅਟੈਕ ਹੁੰਦਾ ਕੋਈ ਵੀ ਬੰਦਾ ਵਿਸ਼ਵਾਸ ਨਹੀਂ ਕਰਦਾ ਕਿ ਮੇਰਾ ਬੱਚਾ ਕੋਈ ਗਲਤ ਰਸਤੇ ਪੈ ਗਿਆ ਬਹੁਤ ਸਾਰੀਆਂ ਮਜਬੂਰੀਆਂ ਹੋ ਜਾਂਦੀਆਂ ਜਿਸ ਕਰਕੇ ਸੋ ਮੈਂ ਕਹਿੰਦੀ ਹਾਂ ਇੱਕ ਇੰਟੈਲੀਜੈਂਸ ਦਾ ਮਾਮਲਾ ਹੈ ਪੁਲਿਸ ਦਾ ਮਾਮਲਾ ਹੈ ਅੱਜ ਕੱਲ੍ਹ ਇਹ ਤਾਂ ਹੋ ਨਹੀਂ ਸਕਦਾ ਅਤੇ ਨਾ ਸੀ ਐਮ ਸਾਹਿਬ ਇਹੋ ਜਿਹੀਆਂ ਗੱਲਾਂ ਕਰਦੇ ਨੇ ਕਿ ਕਿਸੇ ਘਰ ਤੋਂ ਚੱਕ ਕੇ ਕਹਿ ਦੇਣਗੇ ਬਈ ਤੂੰ ਕੀਤਾ ਤਾਂ ਫੜ ਲਓ ਇੰਨਾ ਈਜ਼ੀ ਨਹੀਂ ਹੁੰਦਾ ਅੱਜ ਦੇ ਸਮੇਂ 'ਚ ਐਂ ਪਕੜ ਕੇ ਕਿਸੇ 'ਤੇ ਇਲਜ਼ਾਮ ਲਾਣੇ ਐਂਡ ਉਹ ਮੰਨੇ ਵੀ ਹੈ ਪੁਲਿਸ ਦੇ ਅੱਗੇ ਤੋ ਮੈਨੂੰ ਲੱਗਦਾ ਇੰਟੈਲੀਜੈਂਸ ਏਜੰਸੀਜ਼ ਦਾ ਕੰਮ ਰਹਿੰਦੀ ਹੈ ਪਰ ਜੋ ਇਹ ਕੋਈ ਕੋਸ਼ਿਸ਼ ਕਿਸੇ ਵੀ ਪਾਰਟੀ ਵੱਲੋਂ ਜੇ ਕੀਤੀ ਗਈ ਕਿਉਂਕਿ ਮੈਂ ਹਮੇਸ਼ਾ ਮੰਨਦੀ ਹਾਂ ਅਕਾਲੀ ਦਲ ਜਦੋਂ ਜਾਣ ਵਾਲੀ ਹੁੰਦੀ ਹੈ ਉਹਨਾਂ ਦਾ ਇੱਕ ਫਰੰਟਿਕ ਐਫਰਟ ਹੁੰਦਾ ਹੈ ਕਿ ਜਿਹੜਾ ਇੱਥੇ ਦਾ ਮਾਹੌਲ ਹੈ ਉਹਨੂੰ ਖਰਾਬ ਕੀਤਾ ਜਾਵੇ ਸੋ ਪੰਜਾਬ ਦੇ ਲੋਕ ਇੰਨੇ ਸਿਆਣੇ ਅਤੇ ਇੰਨੇ ਸਮਝ ਚੁੱਕੇ ਹੈ ਕਿ ਕੋਈ ਵੀ ਇਹੋ ਜਿਹਾ ਇੰਸੀਡੈਂਟ ਕੀਤਾ ਜਾਏਗਾ ਜੇ ਮਾਹੌਲ ਖਰਾਬ ਕਰਨ ਲਈ ਕੀਤਾ ਗਿਆ ਤਾਂ ਪੰਜਾਬੀ ਅੱਜ ਦੀ ਡੇਟ 'ਚ ਉਹ ਐਕਸੈਪਟ ਕਰਨ ਨੂੰ ਤਿਆਰ ਨਹੀਂ ਨੇ ਜੋ ਲੜਾਈਆਂ ਪਵਾਉਣ ਦੀਆਂ ਕੋਸ਼ਿਸ਼ ਕਰਦੇ ਨੇ ਸੈਕਟਸ ਦੇ ਵਿੱਚ ਉਹ ਹੁਣ ਨਹੀਂ ਦੇ ਦਿੱਤਾ ਜਾਵੇਗਾ ਅਤੇ ਪੰਜਾਬ ਦਾ ਮੇਨ ਕੰਸਰਨ ਇਹੀ ਹੈ ਕਿ ਪੰਜਾਬ ਦੇ ਮਾਹੌਲ ਨੂੰ ਖਰਾਬ ਨਾ ਕਰਨ ਦਿੱਤਾ ਜਾਵੇ ਅਗਰ ਗੱਲ ਕਰੀਏ ਜੀ ਜਿਹੜਾ ਆਪਣਾ ਹੁਣ ਤੁਸੀਂ ਲੁਧਿਆਣਾ ਰਾਜਾ ਵੈਡਿੰਗ ਜਿਹੜਾ ਹੈਗੇ ਆ ਉਹਨਾਂ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਜੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਰਾਜਸਥਾਨ ਦੇ ਵਿੱਚ ਉਹ ਆਪਣਾ ਚੋਣਾਂ ਵਿੱਚ ਜਿਹੜੇ ਦੇਖੋ ਇਹ ਜੇ ਕਮੈਂਟਸ ਜੇ ਉਹ ਆਪ ਹੀ ਲੀਡਰ ਆਨਸਰ ਕਰਨ ਤਾਂ ਬੈਟਰ ਹੈ ਮੇਰਾ ਇਹ ਮੰਨਣਾ ਹੈ ਕਿ ਇੱਕ ਲੀਡਰ ਜਦੋਂ ਤੁਸੀਂ ਇੱਕ ਪੋਲੀਟੀਕਲ ਪਾਰਟੀ ਨੂੰ ਰਿਪ੍ਰੈਜ਼ੈਂਟ ਕਰਦੇ ਹੋ ਜਾਂ ਇੱਕ ਲੀਡਰ ਬਣ ਜਾਂਦੇ ਹੋ ਤਾਂ ਹਰ ਲੀਡਰ ਨੂੰ ਜ਼ਰੂਰੀ ਹੈ ਕਿ ਆਪਣੀ ਜ਼ੁਬਾਨ 'ਤੇ ਕੰਟਰੋਲ ਹੋਵੇ ਜੋ ਬੋਲਦਾ ਹੈ ਜੋ ਕਹਿ ਰਿਹਾ ਉਹ ਇੱਕ ਰਿਫਲੈਕਸ਼ਨ ਹੈ ਜੋ ਲੋਕ ਤੁਹਾਨੂੰ ਫੋਲੋ ਕਰ ਰਹੇ ਹੈ ਆਪਣੇ ਲੀਡਰ ਨੂੰ ਦੇਖ ਰਹੇ ਹੈ ਕਿ ਕੀ ਬੋਲ ਰਿਹਾ ਸੋ ਬਹੁਤ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ ਤਾਂ ਮੈਂ ਤਾਂ ਇਹ ਵੀ ਕਹਿੰਦੀ ਹਾਂ ਕਿ ਲੀਡਰਸ ਆਪਣੀ ਜ਼ਿੰਦਗੀ 'ਚ ਜੋ ਕਰਦੇ ਹੈ ਬਾਕੀ ਲੋਕਾਂ ਨੂੰ ਮਾਫ਼ ਹੈ ਪਰ ਲੀਡਰ ਨੂੰ ਉਹ ਮਾਫ਼ ਨਹੀਂ ਹੈ ਕਿਉਂਕਿ ਲੀਡਰ ਦੇ ਪਿੱਛੇ ਬਹੁਤ ਸਾਰੇ ਲੋਕ ਉਹਨੂੰ ਦੇਖਦੇ ਹੈ ਲੀਡਰ ਕਿਵੇਂ ਵਿਵਹਾਰ ਕਰ ਰਿਹਾ ਆਪਣਾ ਸੋਸ਼ਲ ਲੈਵਲ 'ਤੇ ਕਿਵੇਂ ਆਫਿਸਰਸ ਨਾਲ ਬਿਹੇਵ ਕਰ ਰਿਹਾ ਸੋਸ਼ਲ ਬਿਹੇਵੀਅਰ ਕੀ ਹੈ ਸੋਸ਼ਲ ਲੈਂਗੁਏਜ ਕੀ ਯੂਜ਼ ਕਰ ਰਿਹਾ ਮੇਰੇ ਹਿਸਾਬ ਨਾਲ ਉਹਦੇ 'ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਪੋਲੀਟੀਕਲ ਕਿਉਂਕਿ ਕਿਤੇ ਨਾ ਕਿਤੇ ਪੋਲੀਟੀਕਲ ਪਾਰਟੀ ਦਾ ਨੁਕਸਾਨ ਹੋ ਜਾਂਦਾ ਹੈ ਜਦੋਂ ਇੱਕ ਲੀਡਰ ਉੱਠ ਕੇ ਇਹੋ ਜਿਹੀ ਇਰਰਿਸਪੋਂਸੀਬਲ ਸਟੇਟਮੈਂਟਸ ਕਰ ਦਿੰਦਾ